ਸਾਗਰ 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 ਦੀ ਵਹੁਟੀ ਸਾਗਰ ਦੀ ਵਹੁਟੀ ਸਾਗਰ ਦੀ ਵਹੁਟੀ ਵਹੁਟੀ ਕਰਾਤੀ ਪੰਜਾਬੀਆਂ ਨੇ ਪੂਰੇ ਪੰਜਾਬ ਲੋੜ ਤੇਰੀ ਪੈ ਗਈ ਏ ਡਰਾਏ ਵਿਰਾ ਵੇ ਮੈਨੂੰ ਲੱਗਦਾ ਏ ਪੂਰਾ ਵੇ ਤਜਰਬਾ ਹੈ ਤੈਨੂੰ ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝ ਆ ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝ ਆ ਇਮੀਡੀਏਟਲੀ ਏ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਏ ਵਰੀ ਸਿਖਾ ਗੰਨੇ ਚੂਪਲੇ ਜੱਟਾਂ ਦੇ ਪੋਲੇ ਠੰਡੇ ਜੂਸ ਭੁੱਲ ਜਾਏ ਇਹਦੇ ਵਿੱਚ ਉਹ ਗਾਣੇ ਸੀਗੇ ਸਾਰੇ ਸੁਪਰ ਹਿੱਟ ਗਾਣੇ ਗੋਰੇ ਗੋਰੇ ਜੰਮਣਗੇ ਬਾਪੂ ਦੇ ਨਿਆਣੇ ਨੇ ਮਿਲਣੇ ਨੂੰ ਤੈਨੂੰ ਬੜਾ ਚਿੱਤ ਕਰਦਾ ਨੀ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਉੱਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾ ਉੱਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾ ਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਮੈਂ ਮੈਟਰ ਨਵਾਂ ਗਾਉਣ ਲੱਗਦਾ ਵੀ ਆਉਣ ਵਾਲੀ ਸ਼ਰਾਰਤ ਆ ਜੀ ਆਉਣ ਵਾਲੀ ਸ਼ਰਾਰਤ ਆ ਜੀ ਉਹ ਫਰਮਾਇਸ਼ਾਂ ਹੀ ਇੰਨੀਆਂ ਉਹਨਾਂ ਹੀ ਉਹਨਾਂ ਉਹ ਗਾਣੇ ਅਜੇ ਉਹਨਾਂ ਲਈ ਪੁਰਾਣੇ ਹੋਏ ਨੀ ਉਹ ਜਦੋਂ ਸੁਰਿੰਦਰ ਕੌਰ ਜੀ ਪ੍ਰਕਾਸ਼ ਕੌਰ ਜੀ ਦੇ ਪਿਆਰੇ ਪਿਆਰੇ ਜੇ ਗਾਣੇ ਮਿੱਠੇ ਮਿੱਠੇ ਬੋਲ ਜਦੋਂ ਵੱਜਣੇ ਨਾ ਤੇ ਅੱਖਾਂ ਚ ਪਾਣੀ ਆ ਜਾਂਦਾ ਮੇਰੇ ਨਾਨਕਿਆਂ ਦਾਦਕਿਆਂ ਸਹੁਰਿਆਂ ਪੇਕਿਆਂ ਚ ਉਹ ਦਬਾ ਇਹਦਾ ਹੀ ਚੱਲਦਾ ਅੱਛਾ ਦਬਾ ਚੱਲਦਾ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪ੍ਰੋ ਪੰਜਾਬ ਦੇ ਨਾਲ ਅਤੇ ਮੈਂ ਮਨਜਿੰਦਰ ਸਿੰਘ ਪਲ ਪਲ ਦੀ ਅਪਡੇਟ ਲੈ ਕੇ ਆਉਂਦੇ ਹਾਂ ਤੁਹਾਡੇ ਤੱਕ ਉਹਨਾਂ ਜੋੜੀਆਂ ਨੂੰ ਰੂਪ ਰੂਪ ਕਰਵਾਉਂਦੇ ਹਾਂ ਜਿਹੜੇ ਕਿ ਰੂਪ ਰੂਪ ਹੋ ਚੁੱਕੇ ਨੇ ਪਹਿਲਾਂ ਅਤੇ ਅੱਜ ਸੋਸ਼ਲ ਮੀਡੀਆ ਦੇ ਉੱਪਰ ਇੱਕ ਗਾਣਾ ਬਹੁਤ ਚਰਚਾ ਹੋ ਰਿਹਾ ਕਿ ਜਿਹਦੇ ਉੱਪਰ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹ ਰੀਲਾਂ ਬਣਾ ਰਹੇ ਨੇ ਸਾਗਰ ਦੀ ਵਹੁਟੀ ਕਰੀਬ ਸਮਾਂ ਤਾਂ ਜ਼ਰੂਰ ਸਾਨੂੰ ਲੱਭਣ ਦੇ ਵਿੱਚ ਲੱਗਾ ਪਰ ਅਸੀਂ ਅੱਖ ਦੇ ਵਿੱਚੋਂ ਜੋੜੀ ਲੱਭ ਹੀ ਲਈ ਅਤੇ ਉਹਨਾਂ ਤੱਕ ਪਹੁੰਚ ਗਿਆ ਸਾਗਰ ਜੀ ਸਾਡੇ ਨਾਲ ਸ਼ਮੀ ਜੀ ਮੌਜੂਦ ਸਾਗਰ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਪ੍ਰੋ ਪੰਜਾਬ 'ਚ ਜੀ ਧੰਨਵਾਦ ਜੀ ਤੁਹਾਡੇ ਚੈਨਲ ਦਾ ਤੁਹਾਡੀ ਸਮੁੱਚੀ ਟੀਮ ਦਾ ਤੁਸੀਂ ਮੈਨੂੰ ਗਰੀਬ ਨੂੰ ਮਿਲਣ ਆਇਆ ਬਹੁਤ ਬਹੁਤ ਮਿਹਰਬਾਨੀ ਸਾਗਰ ਜੀ ਲੋਕਾਂ ਨੂੰ ਤੁਸੀਂ ਬਹੁਤ ਖਾੜੇ ਗਿਲਾਏ ਆ ਪਿੰਡਾਂ ਦੇ ਵਿੱਚ ਬਹੁਤ ਵਿਚਰਦੇ ਲਏ ਹੋ ਲੋਕ ਪਸੰਦ ਵੀ ਕਰਦੇ ਨੇ ਜੀ ਪਰ ਜਿਹੜੇ ਦੋ ਹੁਣ ਬੋਲ ਚੱਲਦੇ ਨੇ ਇੱਕ ਜਿਹੜਾ ਗਾਣਾ ਰੀਲਾਂ ਬਹੁਤ ਚੱਲਦੀ ਪਈ ਆ ਕਿਉਂਕਿ ਚੱਲਦੇ ਤਾਂ ਸਾਰੇ ਪਏ ਆ ਪਰ ਇਹ ਟ੍ਰੈਂਡ ਦੇ ਵਿੱਚ ਆ ਗਿਆ ਲੋਕ ਰੀਲਾਂ ਕਰਕੇ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਸਾਗਰ ਦੀ ਵਹੁਟੀ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਅਸੀਂ ਉਹ ਬੋਲ ਤੁਸੀਂ ਦੋ ਬੋਲ ਕੇ ਦੱਸ ਦਿਓ ਕਿ ਦਰਸ਼ਕ ਜਿਹੜੇ ਵੇਖ ਰਹੇ ਨੇ ਇੱਕ ਵਾਰੀ ਉਹ ਖੁਸ਼ ਹੋ ਜਾਣਾ ਕਿਉਂਕਿ ਉਹ ਕਹਿੰਦੇ ਕਿ ਜੋੜੀ ਲੱਭਣੀ ਨਹੀਂ ਪਰ ਅਸੀਂ ਲੱਭ ਲਈ ਆ ਜੀ ਲੋੜ ਤੇਰੀ ਪੈ ਗਈ ਹੈ ਡਰਾਈਵਰ ਆਵੇ ਮੈਨੂੰ ਲੋੜ ਤੇਰੀ ਪੈ ਗਈ ਹੈ ਡਰਾਈਵਰ ਆਵੇ ਮੈਨੂੰ ਲੱਗਦਾ ਹੈ ਪੂਰਾ ਵੇ ਤਜਰਬਾ ਹੈ ਤੈਨੂੰ ਲੋੜ ਤੇਰੀ ਪੈ ਗਈ ਹੈ ਡਰਾਈਵਰ ਆਵੇ ਮੈਨੂੰ ਲੱਗਦਾ ਹੈ ਪੂਰਾ ਵੇ ਤਜਰਬਾ ਹੈ ਤੈਨੂੰ ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝ ਆ ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝ ਆ ਇਮੀਡੀਏਟਲੀ ਏ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰ ਹੀ ਸਿਖਾ ਇਮੀਡੀਏਟਲੀ ਏ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰ ਹੀ ਸਿਖਾ ਪਹਿਲਾ ਗੇਰ ਲਾ ਕੇ ਜਰਾ ਹੌਲੀ ਹੌਲੀ ਤੋਰ ਪੋਲੇ ਪੋਲੇ ਰੇਸ ਦੇਵੀ ਲਾਵੀ ਨਾਨੀ ਔਰ ਪਹਿਲਾ ਗੇਰ ਲਾ ਕੇ ਜਰਾ ਹੌਲੀ ਹੌਲੀ ਤੋਰ ਪੋਲੇ ਪੋਲੇ ਰੇਸ ਦੇਵੀ ਲਾਵੀ ਨਾਨੀ ਔਰ ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ ਸੱਜੇ ਪੈਰ ਨਾਲ ਮਾਰਦੇ ਬਰੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ ਸੱਜੇ ਪੈਰ ਨਾਲ ਮਾਰਦੇ ਬਰੇਕ ਸਾਗਰ ਜੀ ਸਭ ਤੋਂ ਪਹਿਲਾਂ ਤੇ ਇਹ ਗਾਣਾ ਕਦੋਂ ਰਿਕਾਰਡ ਹੋਇਆ ਸੀ
ਇਹ ਕਹਿੰਦੇ 2004 ਦੇ 5 ਦੇ ਕਰੀਬ ਰਿਕਾਰਡ ਹੋਇਆ ਸੀ। ਹਾਂਜੀ ਹਾਂਜੀ ਇਹ ਜੀ ਆ ਜਦੋਂ ਆ ਹਫ਼ਤਾ 2 ਹਫ਼ਤੇ ਤੋਂ ਜਦੋਂ ਦਾ ਇਹ ਨੈਟ ਦਾ ਜਿਹੜਾ ਜ਼ਮਾਨਾ ਤੁਹਾਡੇ ਕੋਲੋਂ ਹੀ ਸੁਣਿਆ ਜੀ ਪੱਤਰਕਾਰ ਵੀਰਾਂ ਕੋਲੋਂ ਹੀ ਤੇ ਮੈਨੂੰ ਇਹਦੇ ਬਾਰੇ ਨੈਟ ਬਾਰੇ ਬਹੁਤ ਘੱਟ ਜਾਣਕਾਰੀ ਆ, ਨਾ ਮੇਰਾ ਨੈਟ ਤੇ ਕੋਈ ਚੈਨਲ ਆ, ਨਾ ਮੈਨੂੰ ਇਹਦੇ ਬਾਰੇ ਪਤਾ ਹੀ ਆ। ਹੁਣ ਸਾਡੇ ਸਟਾਫ ਨੇ ਰੱਬ ਵਰਗੇ ਸਰੋਤਿਆਂ ਦੀ ਉਹਨਾਂ ਦੀ ਮੰਗ ਤੇ ਵੀ ਉਹ ਚੈਨਲ ਲੱਭਦੇ ਨੇ ਵੀ ਇਹਨਾਂ ਦਾ ਕੋਈ ਆਪਣਾ, ਉਹ ਹੁਣ ਬਣ ਗਿਆ। ਤੇ ਬਾਕੀ ਇਹ ਜਿਹੜਾ ਉਧਰ ਦਾ ਜਦੋਂ ਦਾ ਇਹ ਹਫ਼ਤਾ 2 ਹਫ਼ਤੇ ਤੋਂ ਗਾਣੇ ਦਾ ਇਹਦਾ ਇਹਦੇ ਉੱਤੇ ਉਹਨੂੰ ਕੀ ਤੁਸੀਂ ਕਹਿੰਦੇ ਵਗੈਰਾ ਤੇ ਹੈਗੇ ਤੇ ਉਹਦੇ ਤੇ 15-20 ਗਾਣੇ ਨੇ ਸਾਡੇ ਗਰੀਬਾਂ ਦੇ ਉਹਦੇ ਉੱਤੇ, ਜਿੰਨੇ ਵੀ ਉਹ ਜਿਵੇਂ ਗੈਰਾਂ ਦੀ ਡੋਲੀ, 7 ਲੱਖ ਦੀ ਗੱਡੀ ਤੇ ਕਬਰਾਂ ਤੱਕ ਰੀਝਾਂ ਰਹਿਣਗੀਆਂ, ਕਿੰਨੇ ਗਾਣੇ ਉਹਦੇ ਤੇ, ਢਾਬੇ ਦੀ ਦਾਲ, ਉਹ ਸਾਰੇ ਟ੍ਰੈਂਡਿੰਗ ਚ ਨੇ ਤੇ ਉਹ ਇਹਦੇ ਵਿੱਚ ਹੀ ਨਾਲ ਹੀ ਮਗਰ ਲਾਈਨ ਲੱਗੀ ਹੋਈ ਹੈ। ਤੇ ਇਹ ਗਾਣਾ ਉਦਣ ਦਾ ਅਸੀਂ ਸੋਚਦੇ ਹਾਂ ਕਿ ਇਹ ਹਾਂ ਬਈ ਇਹ ਸੰਨ 2004-5-6 ਇੱਥੇ ਕਿ ਇਹ ਟੇਪਾਂ ਸੀਗੀਆਂ ਤੇ, ਲੇਕਿਨ ਉਹ ਪੱਤਰਕਾਰ ਵੀਰਾਂ ਨੇ ਚੈਨਲਾਂ ਨੇ ਉਹ ਡਿਕਲੇਅਰ ਹੀ ਕਰ ਦਿੱਤਾ ਕੱਲ ਪਰਸੋਂ ਦਾ ਵੀ ਇਹ ਟੇਪ 2005 ਦੇ ਵਿੱਚ ਤੇ ਕਿੰਨੇ ਅਕਤੂਬਰ ਨੂੰ ਉਹਨਾਂ ਨੇ ਪੂਰਾ ਵੇਰਵਾ ਨੈਟ ਤੋਂ ਜਿਹੜਾ ਕੰਪਨੀਆਂ ਨੇ ਉਹਦਾ ਜਿਹੜੀਆਂ ਕੰਪਨੀਆਂ ਉਹ ਰਾਈਟਸ ਹੁੰਦੇ ਨੇ ਉਹਨਾਂ ਜਿਹੜਾ ਉੱਤੇ ਟਾਈਮ ਲਿਖਿਆ ਹੁੰਦਾ ਪੂਰੀ ਟਾਈਮਿੰਗ ਉਹਨਾਂ ਨੇ ਦਿੱਤੀ ਆ। ਇਹ ਟੇਪ ਦਾ ਨਾਂ ਸੀਗਾ ਜੀ ਗੰਨੇ ਗੰਨੇ ਟੀਸਰੀ ਤੋਂ ਇਹ ਸੀਗਾ ਜੀ, ਇੰਡੀਆ ਦੀ ਟੌਪ ਦੀ ਜਿਹੜੀ ਕੰਪਨੀ ਆ ਟੀਸਰੀਜ਼, ਉਹਦੇ ਵਿੱਚੋਂ ਇਹ ਪ੍ਰੋਜੈਕਟ ਸੀਗਾ। ਉਹਦਾ ਨਾਂ ਹੈ ਗੰਨੇ ਗੰਨੇ ਚੂਪਲੇ ਜੱਟਾਂ ਦੇ ਪੋਲੇ ਠੰਡੇ ਜੂਸ ਭੁੱਲ ਜਾਏ। ਇਹਦੇ ਵਿੱਚ ਉਹ ਗਾਣੇ ਸੀਗੇ ਸਾਰੇ ਸੁਪਰ ਹਿੱਟ ਗਾਣੇ, ਗੋਰੇ ਗੋਰੇ ਜੰਮਣਗੇ ਬਾਪੂ ਦੇ ਨਿਆਣੇ ਨੀ, ਇੱਕ ਐਸਟੀਡੀ ਵਾਲੀ ਏ ਸ਼ਕੀਨ ਕੁੜੀਏ, ਉਹ ਇੱਕ ਸਾਧਨੀ ਜਿਹੜੀ ਨਕਲੀ ਸਾਧਨੀ ਨਕਲੀ ਸਾਧ, ਉਹ ਮਜ਼ਾਕ ਸ਼ਰਾਰਤਾਂ ਸ਼ਰਾਰਤਾਂ ਜੀ ਹੁੰਦੀਆਂ ਨੇ। ਇਹ ਉਦੋਂ ਇਹ 2005 ਦੇ ਵਿੱਚ ਰਿਲੀਜ਼ ਹੋਇਆ ਸੀ ਤੇ ਉਦੋਂ ਵੀ ਇੰਨਾ ਹੀ ਪਿਆਰ ਮਿਲਿਆ ਸੀ, ਇਸ ਤੋਂ ਜ਼ਿਆਦਾ ਹੁਣ ਉਸ ਤੋਂ ਜ਼ਿਆਦਾ। ਸਾਗਰ ਜੀ ਕਿੰਨੇ ਫੋਨ ਹੁਣ ਤੱਕ ਆ ਗਏ ਆ ਇਸ ਗਾਣੇ ਨੂੰ ਲੈ ਕੇ ਸਭ ਤੋਂ ਪਹਿਲਾਂ ਤੇ ਸਰੋਤਿਆਂ ਦੇ? ਉਹ ਤੇ ਸਰ ਉਹ ਸਾਰੀ ਰਾਤ ਸਾਰਾ ਦਿਨ ਉਹ ਫੋਨ ਬੈੱਲ ਤੇ ਬੰਦ ਹੁੰਦੀ ਨੀ, ਮਤਲਬ ਜਿਸ ਤਰ੍ਹਾਂ ਆਪਾਂ ਫੋਨ ਸੁਣਦੇ ਹਾਂ ਤੇ ਉਹ ਜਿੰਨੇ ਚਿਰ ਚੋ ਜਾਂ ਉਹ ਭਾਵੇਂ 10 ਸੈਕਿੰਡ ਚ ਗੱਲ ਕਰੀਏ 2 ਸੈਕਿੰਡ ਚ ਗੱਲ ਕਰੀਏ ਉਹ ਵਿੱਚ ਰੈਗੂਲਰ ਟੂ ਉਹਦਾ ਟੂ ਟੂ, ਮਤਲਬ ਉਹ ਤੇ ਇੱਕ ਸੈਕਿੰਡ ਨੀ ਜੀ ਬੰਦ ਹੋ ਰਹੇ ਫੋਨ ਤੇ, ਜਿੰਨੇ ਵੀ ਸਟਾਫ ਕੋਲ ਜਾਂ ਬੱਚਿਆਂ ਕੋਲ ਬੱਚਿਆਂ ਕੋਲ। ਇਹ ਸਰੋਤਿਆਂ ਦੀ, ਸਾਡੇ ਰੱਬ ਵਰਗੇ ਸਰੋਤਿਆਂ ਦੀ ਇਹ ਮਿਹਰਬਾਨੀ ਹੈ ਜੀ। ਕਿਤੇ ਸਾਗਰ ਜੀ ਨੇ ਗਾਣਾ ਬੋਲ ਕੇ ਭੁੱਲ ਗਏ ਸੀ ਪਰ ਲੋਕਾਂ ਨੇ 2005 ਵਾਲਾ ਗਾਣਾ ਕੱਢ ਕੇ ਅੱਗੇ ਲਿਆਤਾ। ਹਾਂਜੀ ਇਤਨਾ ਹੀ ਹੈ ਜੀ, ਜਦੋਂ ਰੋਜ਼ ਸਟੇਜਾਂ ਤੇ ਜਾਈਦਾ ਤੇ ਉਹ ਨਵਾਂ ਮੈਂ ਮੈਟਰ ਨਵਾਂ ਗਾਉਣ ਲੱਗਦਾ ਵੀ ਆਉਣ ਵਾਲੀ ਸ਼ਰਾਰਤ ਆ ਜੀ, ਆਉਣ ਵਾਲੀ ਸ਼ਰਾਰਤ ਆ ਜੀ, ਉਹ ਫਰਮਾਇਸ਼ਾਂ ਹੀ ਇੰਨੀਆਂ ਉਹਨਾਂ ਹੀ ਉਹਨਾਂ ਉਹ ਗਾਣੇ ਅਜੇ ਉਹਨਾਂ ਲਈ ਪੁਰਾਣੇ ਹੋਏ ਨੀ ਹੈ। ਇੱਕ ਦਿਨ ਇੱਕ ਵੀਰ ਨੇ ਸਟੇਜ ਤੇ ਆ ਕੇ ਕਿਹਾ, ਮਤਲਬ ਮਜ਼ਾਕ, ਉਹਨੇ ਕਿਹਾ ਜੀ ਮੈਂ ਕਿਹਾ ਕੁਛ ਨਵਾਂ ਗਾ ਲਈਏ, ਉਹ ਕਹਿੰਦੇ ਜੀ ਪਹਿਲੇ ਪੁਰਾਣੇ ਹੋ ਗਏ, ਉਹ ਤਾਰ ਚ ਫਾਲਟ ਪੈਣਾ ਹੀ ਸੀ ਤੇ ਗੈਰਾਂ ਦੀ ਡੋਲੀ ਨਹੀਂ ਹਨਾ, ਫੁੱਲਾਂ ਵਾਲੀ ਰਜਾਈ, ਕੱਦੂ ਮਾਰ ਲੈ ਗੁਆਂਢ ਨੇ ਤੇ ਹੋਰ ਬਹੁਤ ਸਾਰੇ, ਸ਼ਿੰਦੋ ਦੀ ਹੱਟੀ 2 ਘੁੱਟ ਲਾਈ ਹੋਣੀ ਹੈ ਹਨਾ, ਕੋਈ ਦੁਨੀਆਂ ਤੇ ਮੇਰੇ ਨਾਲ ਸੋਹਣੀ ਨਾ ਰੱਬ ਨੇ ਬਣਾਈ ਹੋਣੀ ਹੈ, ਤੈਨੂੰ ਰੱਬ ਨੇ ਬਣਾਇਆ ਜਦੋਂ ਸੋਹਣੀ ਹੈ 2 ਘੁੱਟ ਲਾਈ ਹੋਣੀ ਹੈ। ਉਹ ਇੰਨੀਆਂ ਕੁ ਫਰਮਾਇਸ਼ਾਂ ਆਉਂਦੀਆਂ ਨੇ, ਇੰਨੀਆਂ ਕੁ ਫਰਮਾਇਸ਼ਾਂ ਕਿ ਨਵਾਂ ਕੁਛ ਗਾਉਣ ਹੀ ਨਹੀਂ ਹੈ ਜੀ ਜਿੰਦੀ। ਸਾਗਰ ਜੀ ਇੱਕ ਚੀਜ਼ ਹੋ ਰਹੀ ਆ, ਤੁਹਾਡਾ ਨਾਮ ਸਾਗਰ ਰਾਮ ਸਿੰਘ ਜੀ, ਤੇ ਇੱਕ ਚੀਜ਼ ਹੋ ਰਿਹਾ ਕਿ ਜਿਹਨਾਂ ਦੇ ਨਾਮ ਤੇ ਸਾਗਰ ਹੈਗਾ ਵਾ ਉਹ ਆਪਣੇ ਹੁਣ ਫੈਮਿਲੀ ਨੂੰ ਬੋਲਣਾ ਕੁਛ ਕਰਦੇ ਪਏ ਨੇ, ਉਹ ਗੱਡੀ ਵੀ ਕਹਿੰਦੇ ਕਿ ਟਾਟਾ ਵਾਲਿਆਂ ਦੀ ਨਹੀਂ ਇੰਨੀ ਚੱਲੀ ਜਿੰਨੀ ਤੁਸੀਂ ਗੱਡੀ ਇੰਡੀਆ ਚਲਾਤੀ ਜੀ 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 ਤੋ ਗੱਡੀ ਲੁਕੀ ਲੈਂਦੀ ਚਾਲੂ ਕਰਤੇ, ਕਹਿੰਦੇ ਇੰਡੀਆ ਗੱਡੀ ਲੈ ਕੇ ਰੀਲ ਬਣਾਉਣੀ ਸੀ। ਚਲੋ ਇਹ ਤੇ ਉਹਨਾਂ ਦਾ ਪਿਆਰ ਹੈ ਜੀ ਤੇ ਬਾਕੀ ਉਹ ਜਿਸ ਤਰ੍ਹਾਂ ਦਾ ਰਿਵਾਜ ਹੁੰਦਾ ਉਦਾਂ ਦਾ ਹੋ ਵੀ ਜਾਂਦਾ ਹੁੰਦਾ ਜੀ ਕਈ ਵਾਰੀ। ਚਲੋ ਇਹ ਫਿਰ ਹੁਣ
ਸਰੋਤੇ ਇਹ ਵੀ ਜਾਣਦਾ ਜੋੜੀ ਕਿੱਦਾਂ ਤੁਹਾਡੀ ਬਣੀ ਹੈ ਜੀ, ਉਹਦਾ ਥੋੜ੍ਹਾ ਜਿਹਾ ਲੋਕ ਵੇਖ ਰਹੇ ਨੇ, ਲੋਕਾਂ ਨੂੰ ਵੀ ਦੱਸੇ। ਇਹ ਅਸੀਂ ਉਹ ਕਈ ਲੋਕ ਜਿਹੜੇ ਸਿੰਗਰ ਹੁੰਦੇ ਨੇ ਜੀ ਜਾਂ ਕੋਈ ਹੋਰ ਕਾਰੋਬਾਰ ਵਾਲੇ, ਉਹ ਕਈ ਵਾਰੀ ਅਲੱਗ ਅਲੱਗ ਲੋਕ ਵੀ ਜਿਹੜੇ ਮੇਲ ਫੀਮੇਲ ਤੇ ਉਹ ਪਾਰਟਨਰ ਹੁੰਦੇ ਨੇ ਗਾਉਣ ਵਾਲੇ ਵੀ, ਲੇਕਿਨ ਅਸੀਂ ਪਤੀ ਪਤਨੀ ਹੈ ਜੀ, ਬਾਲ ਬੱਚੇਦਾਰ ਹਾਂ ਤੇ ਇਹ ਅਸੀਂ ਪਿਛਲੇ 24-25 ਸਾਲ ਤੋਂ ਤੇ ਪਰਮਾਤਮਾ ਨੇ ਧੁਰੋਂ ਲਿਖੇ ਆ ਜੀ ਇਹਦੇ 'ਚ ਤੇ ਇਕੱਠੇ ਅਸੀਂ ਤੇ ਇਕੱਠੇ ਹੋਏ ਨੀ, ਇਹ ਤੇ ਉਹਨੇ ਧੱਕੇ ਨਾ ਉਹਨੇ ਲਿਖਿਆ ਤੇ ਉਹਨੇ ਕੀਤਾ, ਇਹ ਜਨਮ ਜਨਮ ਦਾ ਸਾਥ ਆ ਜੀ ਇਹਦੇ ਵਿੱਚ। ਉਹ ਕੋਈ ਗੱਲ ਕਹਿੰਦੇ ਖੜਾ ਲਾਉਣ ਗਏ ਸੀ ਪਿੰਡ ਦੇ ਵਿੱਚ ਤੇ 20 ਰੁਪਏ ਤੋਂ ਗੱਲ ਛਿੜ ਪਈ ਸੀ ਜੀ, ਤੇ ਉਸ ਤੋਂ ਬਾਅਦ ਮੈਡਮ ਕਹਿੰਦੇ ਮੈਂ ਵੀ ਗਾਣਾ ਸਿੱਖਣਾ ਹੀ ਹੁਣ। ਉਹ ਜਿੱਦਾਂ ਹਰ ਰਿਸ਼ਤੇ ਜਿਹੜੇ ਡੇਲੀ ਰਿਸ਼ਤੇ ਹੋ ਰਹੇ ਆ ਜੀ ਬੱਚਿਆਂ ਦੇ, ਉਹ ਕਿਸੇ ਨਾ ਕਿਸੇ ਤਰ੍ਹਾਂ ਸਬੱਬ ਤੇ ਬਣਦਾ ਹੀ ਆ, ਕੋਈ ਸਕੂਲ ਮਿਲ ਗਏ, ਕੋਈ ਕਾਲਜ ਮਿਲ ਗਏ, ਕੋਈ ਨੌਕਰੀ ਤੇ ਮਿਲ ਗਏ, ਅਸੀਂ ਸਟੇਜ ਤੇ ਮਿਲ ਗਏ, ਬਸ ਇੰਨੀ ਗੱਲ ਹੈ। ਪਿੰਡ ਦਾ ਬਹੁਤ ਆਸ਼ੀਰਵਾਦ ਮਿਲਿਆ ਕਹਿੰਦੇ ਉੱਥੇ ਮੁੜ ਕੇ ਜੋ ਮੈਡਮ ਨਾਲ, ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਤੇ ਕਿਹੜਾ ਗਾਣਾ ਸੀ ਉਸ ਪਿੰਡ ਦੇ ਵਿੱਚ ਮੈਡਮ ਦੇ ਜਾ ਗਾਇਆ ਸੀ ਉਸ ਟਾਈਮ? ਉਹ ਵੈਸੇ ਤੇ ਮੇਰੀਆਂ ਉਦੋਂ ਇੱਕ ਦੋ ਨਾ ਨਿੱਕੀਆਂ ਨਿੱਕੀਆਂ ਟੇਪਾਂ ਮੇਰੀਆਂ ਸੀਗੀਆਂ ਜੀ, ਚਲੋ ਇਹ ਕਹਿੰਦੇ ਹੁੰਦੇ ਆ ਵੀ ਇਹ ਉਦੋਂ ਸੁਪਰ ਹਿੱਟ ਸੀ ਸਾਗਰ ਸਾਹਿਬ, ਇਹਨਾਂ ਨੂੰ ਬਹੁਤ ਨਾਮ ਹੁੰਦਾ ਸੀ ਉਦੋਂ, ਮੈਂ ਇਹਨਾਂ ਨੂੰ ਜਦੋਂ ਮੈਂ ਮਿਲੀ ਜੀ, ਉਹ ਇੱਕ ਅਮਲੀ ਦੀ ਸ਼ਰਾਰਤ ਜੀ ਸੀਗੀ, ਉਹ ਮਤਲਬ ਨਾ ਅਮਲੀ ਜਿੱਦਾਂ ਉਹ ਨਸ਼ਾ ਪੱਤਾ ਖਾਂਦੇ ਆ, ਉਹ ਅਮਲੀਆਂ ਦੀ ਸ਼ਰਾਰਤ ਜੀ ਸੀਗੀ ਕੋਈ, ਤੇ ਉਹ ਦੋ ਟੇਪਾਂ ਮੇਰੀਆਂ ਆਈਆਂ ਸੀ ਉਹ ਇਹਨਾਂ ਨੇ ਗਾਤਾ ਨਾਲ, ਤੇ ਉਹ ਇੱਕ ਪਰਮਾਤਮਾ ਨੇ ਉਹ ਮੇਲ ਮਨਾਉਣਾ ਸੀ ਮਲਾਤ। ਸਾਈ ਜੀ 1500 ਤੋਂ ਉੱਪਰ ਗਾਣੇ ਹੋਣਗੇ ਤੁਹਾਡੇ ਜਿਹੜੇ ਰਿਲੀਜ਼ ਹੋ ਚੁੱਕੇ ਆ, ਉਹ ਨਵੇਂ ਲੋਕ ਉਹਨੂੰ ਡਬਿੰਗ ਕਰਦੇ ਪਏ, ਰੀਲਾਂ ਬਣਾਉਂਦੇ ਪਏ ਨੇ, ਵਿਦੇਸ਼ ਕਿੰਨੇ ਸ਼ੋਅ ਲਾ ਚੁੱਕੇ ਹੁਣ ਤੱਕ, ਕੋਈ ਮਿਲਿਆ ਚਾਂਸ ਕਦੀ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਕਿਹੜੀ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਸ਼ੋਅ ਲਾ ਕੇ ਆਏ ਹੋ? ਇੰਗਲੈਂਡ ਜੀ, ਅਮੈਰੀਕਾ, ਇਟਲੀ, ਨਿਊਜ਼ੀਲੈਂਡ, ਆਸਟ੍ਰੇਲੀਆ, ਉਹ ਤੇ ਪ੍ਰਮੋਟਰਾਂ ਨੂੰ ਪੁੱਛ ਕੇ ਵੇਖਿਓ ਜੀ। ਮੇਰੇ ਵੀ ਰਿਸ਼ਤੇਦਾਰ ਇੰਗਲੈਂਡ, ਮੈਨੂੰ ਉਹਨਾਂ ਦੀ ਫੋਨ ਆਇਆ, ਉਹ ਕਹਿੰਦੇ ਕਿ ਸਾਗਰ ਜੀ ਨੂੰ ਲੱਭ ਕੇ ਨਾ ਇੱਕ ਇੰਟਰਵਿਊ ਜ਼ਰੂਰ ਕਰੋ ਜੀ ਜੀ। ਫਿਰ ਉਹ ਜਿਹੜੇ ਦੇਖ ਰਹੇ ਕੀ ਕਹਿਣਾ ਚਾਹੋ, ਬਿਨਾਂ ਸਰੋਤਾ ਜਿਹੜੇ ਵਿਦੇਸ਼ਾਂ 'ਚ ਬੈਠੇ ਜੀ, ਤੁਹਾਡੇ ਫੈਨ ਆ ਜੀ? ਨਹੀਂ ਫੈਨ ਨਹੀਂ ਜੀ, ਉਹ ਮੇਰੇ ਰੱਬ ਨੇ ਜੀ, ਉਹ ਮੇਰੇ ਅੰਨਦਾਤਾ ਨੇ, ਫੈਨ ਮੈਂ ਨਹੀਂ ਕਦੇ ਜ਼ਿੰਦਗੀ 'ਚ ਮੰਨਦਾ ਜੀ, ਉਹ ਤੇ ਸਾਡੇ ਅੰਨਦਾਤਾ ਲੋਕ ਨੇ, ਉਹ ਜਿਹੜੇ ਸਾਨੂੰ ਸੁਣਦੇ ਆ ਨਾ, ਉਹਨਾਂ ਕਰਕੇ ਤੇ ਸਾਨੂੰ ਰੋਜ਼ੀ ਰੋਟੀ, ਰੋਟੀ ਵੀ ਸਾਨੂੰ ਉਹਨਾਂ ਕਰਕੇ ਮਿਲਦੀ ਆ, ਤੇ ਆਹ ਜਿਹੜਾ ਪਿਆਰ ਤੁਹਾਨੂੰ ਪਲੈਨਿੰਗ ਕਰਦੇ ਪਏ ਆ ਕਿ ਡਾਇਰੈਕਟਰ ਵਗੈਰਾ ਤੁਹਾਨੂੰ ਮਿਲਣ ਵਾਸਤੇ ਕਿ ਆਪਾਂ ਸਾਗਰ ਜੀ ਇਹਦੇ ਤੋਂ ਗਾਣੇ ਇਸ ਆਹ ਜਿਹੜਾ ਹੋਣਾ ਗਾਣਾ ਇਹਦੇ ਤੋਂ ਪਹਿਲਾਂ ਤੇ ਰਿਕਾਰਡਿੰਗਾਂ ਦੇ ਪਿਛਲੇ ਮਹੀਨੇ 2 ਮਹੀਨੇ ਤੋਂ ਰਿਕਾਰਡਿੰਗਾਂ ਦੇ ਉੱਤੇ ਲਗਾਤਾਰ ਚੱਲ ਹੀ ਰਹੀਆਂ ਨੇ। ਰਿਕਾਰਡਿੰਗਾਂ ਡਿਊਟ ਪ੍ਰੋਜੈਕਟ ਹੋਇਆ ਪਿਆ, ਇੰਡੀਆ ਦੀਆਂ ਨਾਮਵਰ ਕੰਪਨੀਆਂ ਨੇ, ਗੁਰਸਿੱਖੀ ਦਾ ਪ੍ਰੋਜੈਕਟ ਹੋਇਆ ਪਿਆ, ਮਾਤਾ ਦੀਆਂ ਭੇਟਾਂ ਦਾ ਹੋਇਆ ਪਿਆ। ਅੱਛਾ, ਉਹ ਵੀ ਪ੍ਰੋਜੈਕਟ ਲੈ ਰਹੇ ਹੋ? ਬਸ ਆ ਅੱਗੋਂ ਹਫਤਾ 2 ਹਫਤੇ ਦੇ ਵਿੱਚ ਰਿਲੀਜ਼ ਹੋ ਰਿਹਾ ਹੈ। ਹੁਣ ਗਾਂ ਦੀ ਫਿਰ ਪਲੈਨਿੰਗ ਕੀ ਹੈ ਕਿ ਹੁਣ ਖਾੜੇ ਫਿਰ ਉਹੀ ਰਿਲੀਜ਼ ਕੀਤੇ ਜਾਣਗੇ ਜੀ ਜਿਹੜੇ ਪਹਿਲਾਂ ਪਿੰਡਾਂ 'ਚ ਵਰਤੇ ਤੇ, ਕਿਉਂਕਿ ਲੋਕ ਪਿੰਡਾਂ ਅਰਗੇ ਪਿੰਡ ਹੀ ਰਹੇ, ਲੋਕ ਖਾੜਾ ਵੇਖਣ ਵਾਸਤੇ ਦੱਸ ਗਏ ਨੇ। ਮੈਂ ਬਦਲਿਆ ਜੀ ਅੱਗੋਂ ਮੈਟਰ ਜਿਹੜਾ ਨਾ ਜੀ, ਉਹ ਉਦੋਂ ਤੋਂ ਲੈ ਕੇ 24-22-23 ਸਾਲ ਤੋਂ ਲੈ ਕੇ ਜਿੱਦਾਂ ਜਿੱਦਾਂ ਅੱਗੇ ਚੱਲਦਾ ਆਇਆ ਨਾ ਸਮਾਂ, 2-3 ਸਾਲ ਬਾਅਦ ਉਦਾਂ ਉਹਦਾ ਮੈਟਰ ਬਦਲਦੇ ਆਏ ਆ ਜੀ, ਤੇ ਉਦਾਂ ਹੀ ਗਾਂ ਬਦਲਿਆ ਹੋਇਆ, ਹੁਣ ਦੇ ਬੱਚਿਆਂ ਦਾ ਜੋ ਚਾਹੀਦਾ ਉਹ ਦੇ ਰਹੇ ਹਾਂ ਉਹਨਾਂ। ਪਰ ਉਹ ਤੁਹਾਡੇ ਵਾਲੇ ਤੇ ਰੀਲ ਬਹੁਤ ਜ਼ਿਆਦਾ ਬਣਦੀ ਪਈ ਆ ਜੀ, ਉਹਨੂੰ ਡਬਿੰਗ ਲੋਕ ਕਰੀ ਜਾਂਦੇ ਹੁਣ? ਨਹੀਂ, ਇਹ ਉਹਨਾਂ ਦੀਆਂ ਵੀ ਬਣਦੀਆਂ ਨੇ ਜੀ, ਸਭ ਦੀਆਂ ਬਣਦੀਆਂ, ਇਹ ਤੇ ਐਵੇਂ ਵਹਿਮ ਹੁੰਦਾ, ਸਾਰਿਆਂ ਨੂੰ ਪਿਆਰ ਓਨਾ ਹੀ ਮਿਲਦਾ ਜੀ, ਸਾਰਿਆਂ ਨੂੰ, ਸਭ ਨੂੰ। ਸਰ ਜੀ ਪਹਿਲਾਂ ਤੁਸੀਂ ਡਾਕਟਰ ਸਤਨਾਮ ਵੱਜਦੇ ਸਨ ਜੀ, ਗਾਇਕੀ ਵੱਲ ਕਿੱਦਾਂ ਆਏ ਕਿ ਗਾਇਕੀ ਹੋਣੀ ਚਾਹੀਦੀ ਹੈ? ਇਹ ਨਹੀਂ, ਇਹ ਮੈਨੂੰ ਬਚਪਨ ਤੋਂ ਹੀ ਸੀਗਾ ਜੀ, ਮੇਰੇ ਨਾ ਮੇਰੇ ਫਾਦਰ ਸਾਹਿਬ
ਜੀ ਆਰਮੀ ਚੋਂ ਰਿਟਾਇਰ ਸੀ ਜੀ ਤੇ ਉਹਨਾਂ ਕੋਲ ਉਹਨਾਂ ਰੇਡੀਓ ਹੁੰਦੇ ਸੀਗੇ ਤੇ ਉਹ ਰੇਡੀਓ ਫੌਜ ਦੇ ਵਿੱਚੋਂ ਉਹ ਤਰ੍ਹਾਂ ਤਰ੍ਹਾਂ ਦੇ ਨਾ ਰੇਡੀਓ ਦੇ ਸ਼ੌਕੀਨ ਹੋਣਗੇ ਮੇਰੇ ਫਾਦਰ ਸਾਹਿਬ ਜੀ ਤੇ ਉਹਨਾਂ ਨੇ ਉਹ ਤਰ੍ਹਾਂ ਤਰ੍ਹਾਂ ਦੇ ਕੋਈ ਮੇਡ ਇਨ ਜਪਾਨ ਮੇਡ ਇਨ ਚਾਈਨਾ ਇਤਨਾ ਰੇਡੀਓ ਸੀਗੇ ਉਹ ਰੇਡੀਓ ਮੈਂ ਸੁਣਨੇ ਉਹਦੇ ਤੇ ਜਿਵੇਂ ਕੁਲਦੀਪ ਮਾਨਕ ਜੀ ਸੁਰਿੰਦਰ ਕੌਰ ਜੀ ਉਸ ਵੇਲੇ ਦੇ ਸਿੰਗਰ ਉਹ ਜਦੋਂ ਸੁਰਿੰਦਰ ਕੌਰ ਜੀ ਪ੍ਰਕਾਸ਼ ਕੌਰ ਜੀ ਦੇ ਪਿਆਰੇ ਪਿਆਰੇ ਜੇ ਗਾਣੇ ਮਿੱਠੇ ਮਿੱਠੇ ਬੋਲ ਜਦੋਂ ਵੱਜਣੇ ਨਾ ਤੇ ਅੱਖਾਂ ਚ ਪਾਣੀ ਆ ਜਾਣਾ ਮਤਲਬ ਉਹ ਰਿਸ਼ਤਾ ਸੀ ਨਾ ਸੰਗੀਤ ਨਾਲ ਸੁਰ ਨਾਲ ਸੁਰ ਨਾਲ ਤੇ ਤਾਲ ਨਾਲ ਉਹ ਰਿਸ਼ਤਾ ਸੀ ਰੂਹ ਦਾ ਰਿਸ਼ਤਾ ਸੀ ਜਨਮ ਜਨਮ ਦਾ ਰਿਸ਼ਤਾ ਸੀ ਇਸ ਕਰਕੇ ਉਹ ਸੰਗੀਤ ਨਾਲ ਮੇਰਾ ਲਗਾਓ ਸੀ ਸਰ ਜੀ ਪਹਿਲਾ ਗਾਣਾ ਤੁਸੀਂ ਕਦੋਂ ਗਾਇਆ ਸੀ ਤੇ ਕਿੰਨੀ ਉਮਰ ਸੀ ਉਦੋਂ ਰਿਕਾਰਡਿੰਗ ਦੀ ਗੱਲ ਕਰਦੇ ਹਾਂ ਜੀ ਰਿਕਾਰਡਿੰਗ ਪਹਿਲਾਂ ਤੁਸੀਂ ਜਦੋਂ ਕਿ ਗਮਲੇ ਨਹੀਂ ਉਹ ਤਾਂ ਨਿੱਕੇ ਨਿੱਕੇ ਜਿਸ ਸਕੂਲ 'ਚ ਜਦੋਂ ਪ੍ਰਾਇਮਰੀ ਸਕੂਲ 'ਚ ਮੈਂ ਪੜ੍ਹਦਾ ਸੀ ਨਾ ਜੀ ਤੇ ਉਦੋਂ ਤੇ ਉਹ ਤੇ ਸਾਰੇ ਸਿੰਗਰਾਂ ਨਾਲ ਹੀ ਹੁੰਦੀ ਆ ਉਹਨੂੰ ਆਪਾਂ ਪਿਆਰ ਭਰੀ ਉਹ ਜ਼ਿੰਦਗੀ ਕਹਿ ਲਈਏ ਜਾਂ ਉਹਨੂੰ ਇੱਕ ਆਪਾਂ ਮਜ਼ਾਕ ਨਾਲ ਉਹ ਟ੍ਰੈਜਡੀ ਕਹਿ ਲਈਏ ਉਹ ਸਾਰੇ ਸਿੰਗਰ ਦੱਸਦੇ ਹੀ ਆ ਤੇ ਹੁੰਦਾ ਆ ਰੀਅਲੀ ਹੁੰਦਾ ਉਹ ਬਣਾਉਂਦੇ ਨਹੀਂ ਕਿ ਕੋਈ ਵੀ ਸਿੰਗਰ ਐਸਾ ਨਹੀਂ ਜਿਹੜਾ ਗੱਲ ਬਣਾਵੇ ਉਹ ਸੱਚੀ ਮੁੱਚੀ ਦੀ ਗੱਲ ਹੈ ਕਿ ਬਚਪਨ ਤੋਂ ਸ਼ੌਕ ਹੁੰਦਾ ਤੇ ਸਕੂਲ ਦੇ ਵਿੱਚ ਸ਼ਨੀਵਾਰ ਬਾਲ ਸਭਾ ਲੱਗਦੀ ਬਾਲ ਸਭਾ ਲੱਗਦੀ ਉਹ ਇਸ ਤਰ੍ਹਾਂ ਗਾਣੇ ਜਿਸ ਤਰ੍ਹਾਂ ਉਹ ਨਾ ਕਾਮਰੇਡ ਲਹਿਰ ਉਦੋਂ ਹੁੰਦੀ ਸੀ ਉਹ ਪਿੰਡਾਂ 'ਚ ਡਰਾਮੇ ਨਾਟਕ ਖੇਡਦੇ ਹੁੰਦੇ ਉਹਨਾਂ ਦੇ ਜਿਸ ਤਰ੍ਹਾਂ ਦੇ ਗਾਣੇ ਸੁਣਨੇ ਉਹ ਗਾ ਦੇਣੇ ਮਤਲਬ ਬਾਲ ਸਭਾ 'ਚ ਤੇ ਚਲੋ ਟੀਚਰਾਂ ਦਾ ਪਿਆਰ ਮਿਲਣਾ ਤੇ ਉਹ ਕਰਦਿਆਂ ਕਰਦਿਆਂ ਜਿੰਨੇ ਚਿਰ ਨੂੰ ਮੈਟ੍ਰਿਕ ਤੱਕ ਆਏ ਤੇ ਹਾਈ ਸਕੂਲ ਤੱਕ ਜਾਣੀ ਆਏ ਤੇ ਬਹੁਤ ਜ਼ਿਆਦਾ ਮੇਰੇ ਪਿੰਡ ਦੇ ਲਾਗੇ ਮੀਰ ਆਲਮ ਲੋਕ ਬਹੁਤ ਸੀ ਤੇ ਉਹਨਾਂ ਨੇ ਬੜਾ ਪਿਆਰ ਦੇਣਾ ਵੀ ਇੰਨੇ ਕੁਛ ਇੰਨੇ ਵੱਡਾ ਗਾਇਕ ਬਣਨਾ ਇੰਨੇ ਵੱਡਾ ਕਲਾਕਾਰ ਬਣਨਾ ਤੇ ਉਹਨਾਂ ਦੀਆਂ ਦੁਆਵਾਂ ਜੀ ਤੇ ਉਹ ਬਾਅਦ 'ਚ ਫਿਰ ਉਹ ਹੋ ਗਿਆ ਜੀ ਜੋ ਪਰਮਾਤਮਾ ਨੇ ਜੋ ਲਿਖਿਆ ਸੀ ਉਹ ਹੋ ਗਿਆ ਤੇ ਜਿਹੜੀ ਰਿਕਾਰਡਿੰਗ ਹੈ ਉਹ ਪਹਿਲੀ ਰਿਕਾਰਡਿੰਗ 1997 ਜਨਵਰੀ ਦੇ ਵਿੱਚ 5 ਜਨਵਰੀ ਆ ਵੈਸੇ ਨੈੱਟ ਦੇ ਉੱਤੇ 5 ਜਨਵਰੀ ਚੜੀ ਹੋਈ ਆ 1997 ਤੇ ਉਹ ਹਿੰਦੁਸਤਾਨ ਦੀ ਨਾਮਵਰ ਕੰਪਨੀ ਕੰਪਨੀ ਦਾ ਨਾਮ ਫਾਈਨ ਟੱਚ ਹੈ ਜੀ ਤੇ ਉਹ ਬੜੇ ਮਾਣ ਨਾਲ ਸਰਦਾਰ ਰੁਪਿੰਦਰ ਸਿੰਘ ਰੂਬੀ ਜੀ ਦੱਸਦੇ ਹੁੰਦੇ ਆ ਕਿ ਫਾਈਨ ਟੱਚ ਦਾ ਬੂਟਾ ਸਤਨਾਮ ਸਾਗਰ ਨੇ ਲਾਇਆ ਤੇ ਸਤਨਾਮ ਸਾਗਰ ਦਾ ਬੂਟਾ ਫਾਈਨ ਟੱਚ ਨੇ ਲਾਇਆ ਤੇ ਉਹ ਬੜੀ ਵਧੀਆ ਗੱਲ ਹੈ ਜੀ ਮੇਰੀ ਉਹ ਕੰਪਨੀ ਮੇਰੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਤੇ ਉਹਨਾਂ ਦੇ ਚਰਨਾਂ 'ਚ ਮੇਰਾ ਗਰੀਬ ਦਾ ਇੱਜ਼ਤ ਮਾਣ ਹੈ ਤੇ ਮੇਰੇ ਦਿਲ 'ਚ ਵਸਦੇ ਨੇ ਉਹ ਲੋਕ ਜਿਨ੍ਹਾਂ ਨੇ ਉੱਥੋਂ ਸ਼ੁਰੂ ਹੋਏ ਅਸੀਂ ਸ਼ਾਇਦ ਉਹਨਾਂ ਦੇ ਕਰਮਾਂ ਨੇ ਕੰਮ ਕੀਤਾ ਜਾਂ ਸਾਡਿਆਂ ਨੇ ਕੀਤਾ ਤੇ ਉਹ ਫੁੱਲਾਂ ਵਾਲੀ ਰਜਾਈ ਤੋਂ ਆਪਾਂ ਵਰਲਡ ਫੇਮਸ ਸਿੰਗਰ ਸਾਹਿਬ ਸਾਹਿਬ ਦੁਬੋਲ ਹੋ ਜਾਣਾ ਫੁੱਲਾਂ ਵਾਲੀ ਰਜਾਈ ਦਾ ਕਿਉਂਕਿ ਇਹ ਗਾਣਾ ਮੈਂ ਬਹੁਤ ਗੱਡੀ 'ਚ ਸੁਣਦਾ ਜੀ ਮਿਲਣੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਆ ਜੀ ਮਿੱਤਰਾ ਕੋਠੇ ਕੋਠੇ ਵੇੜੇ ਵਿੱਚ ਆ ਜੀ ਮਿੱਤਰਾ ਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਆ ਜੀ ਮਿੱਤਰਾ ਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਲਓ ਜੀ ਇਸ ਗਾਣੇ ਨੇ ਸਾਨੂੰ ਮਾਰਕੀਟ 'ਚ ਸਾਨੂੰ ਗਰੀਬਾਂ ਨੂੰ ਪਛਾਣ ਦਿੱਤਾ ਅਥਾ ਪਿਆਰ ਵਰਲਡ ਪਤਾ ਨਹੀਂ ਉਹਨੂੰ ਤੁਸੀਂ ਵਰਲਡ ਵਾਈਡ ਕਹਿੰਦੇ ਹੋ ਜੀ ਵਰਲਡ ਵਾਈਡ ਹੈ ਨਾ ਉਹ ਵਰਲਡ ਵਾਈਡ ਤੇ
ਵਰਲਡ ਲੈਵਲ ਤੇ, ਮੈਂ ਲੈਵਲ ਕਹਿੰਦੇ ਨਾ ਵਰਲਡ ਲੈਵਲ ਤੇ ਫਿਰ ਮੈਨੂੰ ਗਰੀਬ ਨੂੰ ਪਿਆਰ ਮਿਲਿਆ ਤੇ ਉਦੋਂ ਦਾ ਅੱਜ ਤੱਕ ਚੱਲ ਸੋ ਚੱਲ ਰਿਹਾ ਜੀ, ਬਸ ਪਿਆਰ ਮਿਲੀ ਜਾਂਦਾ ਹੈ ਤੇ ਸਾਹ ਚੱਲਦੇ ਜਾਂਦੇ ਆ, ਜੇ ਸਾਹ ਚੱਲਦੇ ਆ ਤੇ ਬਸ ਉਹ ਵਰਡਿੰਗ ਜਿਹੜੀ ਆ ਕਲਮ ਪਰਮਾਤਮਾ ਨੇ ਦਿੱਤੀ ਆ ਜੀ ਮੈਨੂੰ ਗਰੀਬ ਨੂੰ, ਉਹ ਚੱਲਦੀ ਜਾਂਦੀ ਹੈ ਜੀ ਜਿੰਨਾ ਚਿਰ ਸਾਹ ਆ। ਮੈਮ ਤੁਸੀਂ ਫਿਰ ਜੀਵਨ ਸਾਥੀ ਬਹੁਤ ਵਧੀਆ ਜੀ, ਤੇ ਜਿਹੜੇ ਗਾਣੇ ਉਹ ਵੀ ਬੜੇ ਚੱਲਦੇ ਪਏ, ਲੋਕ ਸੁਣਦੇ ਪਏ ਨੇ, ਕਿੱਦਾਂ ਲੱਗਦਾ ਸਰ ਨਾਲ ਜੀਵਨ ਬਤੀਤ ਕਰਦੇ ਪਏ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ? ਪਹਿਲਾ ਗਾਣਾ ਹੋਊਗਾ ਕਿ ਗਾਣੇ ਤਾਂ ਬਹੁਤ ਨੇ ਪਰ ਇੰਡਿਕਾ ਵਾਲਾ ਗਾਣਾ ਬਹੁਤ ਚੱਲ ਗਿਆ ਜੀ। ਉਹ ਤੇ ਦੱਸਦੇ ਨੇ ਵੀ ਗਾਣੇ ਤੇ ਚਲੋ ਸਾਰੇ ਸਾਰਿਆਂ ਨੂੰ ਲੋਕ ਓਨਾ ਹੀ ਪਿਆਰ ਦਿੰਦੇ ਬਰਾਬਰ ਦਾ, ਪਰ ਸੌਰੀ ਮੈਨੂੰ ਬਹੁਤਾ ਨਹੀਂ ਜੇ ਬੋਲਣਾ ਆਉਂਦਾ ਜਿੰਨਾ ਕੋਈ ਮੈਨੂੰ ਆਉਂਦਾ ਦੋਲਾ ਵੀ, ਕਿਉਂਕਿ ਮੈਨੂੰ ਇਹਨਾਂ ਗਾਉਣਾ ਦੱਸਿਆ ਬੋਲਣਾ ਤੇ ਦੱਸਿਆ ਹੀ ਨਹੀਂਗਾ, ਮੈਨੂੰ ਗੱਲ ਕਰਨੀ ਆਉਂਦੀ ਨਹੀਂ ਜੀ, ਤੇ ਬਹੁਤ ਵਧੀਆ ਲੱਗ ਰਿਹਾ ਜੀ। ਬਾਕੀ ਇਹ ਦੱਸਣ ਹੀ ਰਹੇ ਨੇ ਵੀ ਉਹਨਾਂ ਦਾ ਪਿਆਰ ਹੈ। ਜੇ ਸ਼ਾਇਦ ਇਹਨਾਂ ਨੂੰ ਜ਼ਿਆਦਾ ਬੋਲਣਾ ਦੱਸ ਦਿੰਦਾ ਜੀ, ਮੈਂ ਘਰ ਚੁੱਪ ਜਿਹਾ ਕਰਕੇ ਬਹਿ ਜਾਣਾ ਹੈ ਘਰ ਦੇ ਵਿੱਚ, ਇੱਕ ਇਹਦਾ ਦਿਮਾਗ ਹੈ ਜੀ ਘਰ ਦੇ ਵਿੱਚ, ਵੈਸੇ ਹਾਸੇ ਮੁਕਾ ਤੋਂ ਕਿਉਂਕਿ ਤੁਸੀਂ ਸ਼ਰਾਰਤੀ ਹੈਗੇ ਹੋ ਘਰ ਦੇ ਵਿੱਚ, ਕਿੱਦਾਂ ਫਿਰ ਸਵੇਰ ਚੱਲ ਹੁੰਦੀ ਹੈ ਜੀ ਘਰ? ਉਹ ਜੇ ਇਹ ਗੱਲ ਪੁੱਛਦੇ ਹੋ ਨਾ ਜੀ, ਬਿਲਕੁਲ ਸੱਚੀ ਪਰਮਾਤਮਾ ਨੂੰ ਯਾਦ ਕਰਕੇ ਕਹਿੰਦਾ ਜੀ, ਮੇਥੋਂ ਛੋਟੇ ਤਿੰਨ ਭਾਈ ਨੇ ਜੀ, ਮੇਥੋਂ ਛੋਟਾ ਪਿੰਡ ਦਾ ਸਰਪੰਚ ਰਹਿ ਚੁੱਕਾ ਜੀ, ਹਾਂਜੀ ਲੀਡਰ, ਉਹ ਲੀਡਰ ਟਾਈਪ ਇਨਸਾਨ ਹੈ ਜੀ, ਵਧੀਆ ਇਨਸਾਨ ਹੈ, ਤੇ ਸਰਦਾਰ ਨਿਸ਼ਾਨ ਸਿੰਘ ਉਹਨਾਂ ਦਾ ਨਾਂ, ਉਹਦੇ ਤੋਂ ਛੋਟਾ ਏਅਰ ਫੋਰਸ ਦੇ ਵਿੱਚ ਅਫਸਰ ਹੈ ਜੀ, ਤੀਜੇ ਨੰਬਰ ਵਾਲਾ ਏਅਰ ਫੋਰਸ ਦੇ ਵਿੱਚ ਅਫਸਰ ਆ, ਸਭ ਤੋਂ ਛੋਟਾ ਰਾਜਾ ਉਹਦਾ ਮੇਰੇ ਗਾਣਿਆਂ 'ਚ ਨਾਮ ਦਾ, ਉਹ ਮੇਰਾ ਕੰਮ ਕਰਦਾ, ਮੇਰੇ ਨਾਲ ਹੀ ਮੇਰਾ ਦਫ਼ਤਰ ਸਾਂਭਦਾ, ਮੇਰਾ ਕੰਮ ਦੇਸ਼ ਵਿਦੇਸ਼ ਦਾ ਮੇਰਾ ਹੀ ਕੰਮ ਸਾਂਭਦਾ, ਤੇ ਮੇਰੇ ਭਰਾਵਾਂ 'ਚ ਮੇਰੇ ਨਾਨਕਿਆਂ ਦਾਦਕਿਆਂ ਸਹੁਰਿਆਂ ਪੇਕਿਆਂ 'ਚ ਉਹ ਦਬਾਅ ਇਹਦਾ ਹੀ ਚੱਲਦਾ ਜੀ। ਅੱਛਾ ਦਬਾਅ ਚੱਲਦਾ, ਮੰਨਦੇ ਆ ਮਤਲਬ ਇਹਨਾਂ, ਮੰਨਦੇ ਆ ਮਤਲਬ, ਮੈਂ ਬਸ ਸਤਿਕਾਰ ਕਰਦੇ ਆ ਜੀ, ਤੇ ਬੱਚੇ ਸਾਡੇ ਸਾਰੇ ਛੋਟੇ ਭਰਾਵਾਂ ਦੇ ਜੀ, ਸਾਰੇ ਰਿਸ਼ਤੇਦਾਰਾਂ ਦੇ ਬੱਚੇ, ਬਸ ਸ਼ਮੀ ਮੰਮੀ ਸ਼ਮੀ ਮੰਮੀ, ਇੱਕ ਦੂਜੇ ਦਾ ਨਾਂ ਦੇ ਕੇ ਡਰਾਵਾ ਦੇ ਦਿੰਦੇ ਆ, ਸ਼ਮੀ ਮੰਮੀ ਦੱਸਾਂ, ਬਸ ਆਹ ਚੀਜ਼ ਹੈ। ਹਾਂ ਬਿਲਕੁਲ ਜੀ। ਇਹ ਸਕਤ ਜੀ, ਜਾਂਦੇ ਜਾਂਦੇ ਦਰਸ਼ਕਾਂ ਦਾ ਕੋਈ ਅਪੀਲ ਜਾਂ ਕੋਈ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੋਗੇ ਜੀ? ਮੇਰੀ ਮੰਨਣੀ ਤੇ ਕਿੰਨੇ ਆ ਜੀ, ਪਰ ਇਹ ਤੁਹਾਡੀ ਰੀਲ ਨੇ ਬਣਾਤੀ ਆ। ਸਭ ਤੋਂ ਪਹਿਲਾਂ ਤੇ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਨੂੰ, ਪੰਜਾਬੀਆਂ ਨੂੰ, ਮੈਂ ਸਮੁੱਚੀ ਪੰਜਾਬੀਅਤ ਦੇ, ਸਮੁੱਚੀ ਮਾਨਵਤਾ ਦੇ ਤੇ ਮੇਰੇ ਰੱਬ ਵਰਗੇ ਸਰੋਤਿਆਂ ਦੇ, ਆਹ ਜਿਹੜੀ ਹਨੇਰੀ ਆ ਨੈਟ ਦੇ ਪਲੇਟਫਾਰਮ ਤੇ, ਇੰਸਟਾਗ੍ਰਾਮ ਪਲੇਟਫਾਰਮ ਕਹਿੰਦੇ ਆ, ਮੈਂ ਤੁਹਾਡੇ ਕੋਲ ਸੁਣਿਆ ਸਾਰੇ ਵੀਰਾਂ ਕੋਲੋਂ ਜੀ, ਵੀ ਇਹ ਨੈਟ ਦਾ ਜਿਹੜਾ ਹੈ ਜ਼ਮਾਨਾ, ਅੱਜ ਦਾ ਸ਼ੁਕੀ ਉਹਨੂੰ ਕਹਿੰਦੇ ਹੋ, ਸੋਸ਼ਲ ਮੀਡੀਆ ਦਾ, ਕਹਿੰਦੇ ਆ ਜੀ ਜਿਹੜਾ ਸਭ ਤੋਂ ਵੱਡਾ ਪਲੇਟਫਾਰਮ ਹੈ ਅੱਜ ਕੱਲ ਦੇ ਦਿਨਾਂ 'ਚੋਂ, ਇੰਸਟਾ ਕੁਛ ਹੈਗਾ, ਇੰਸਟਾਗ੍ਰਾਮ ਕੁਛ ਕਹਿੰਦੇ ਹੋ, ਉਹਦੇ ਤੇ ਜਿਹੜੀ ਆ ਹਨੇਰੀ ਆਈ ਹੋਈ ਹੈ ਨਾ, ਸਾਗਰ 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 ਦੀ ਵਹੁਟੀ, ਸਾਗਰ ਦੀ ਵਹੁਟੀ, ਸਾਗਰ ਦੀ ਵਹੁਟੀ ਵਹੁਟੀ ਕਰਾਤੀ ਪੰਜਾਬੀਆਂ ਨੇ, ਇਹਦਾ ਮੈਂ ਪੰਜਾਬੀਆਂ ਦੇ ਪੈਰਾਂ ਤੇ ਸਿਰ ਰੱਖ ਕੇ, ਪੰਜਾਬੀਆਂ ਦੀਆਂ ਜੁੱਤੀਆਂ ਦੇ ਸਿਰ ਰੱਖ ਕੇ ਮੈਂ ਕੋਟਨ ਕੋਟ ਧੰਨਵਾਦ ਕਰਦਾ ਜੀ, ਮੇਰਾ ਰੋਮ ਰੋਮ ਪੰਜਾਬੀਆਂ ਦਾ ਕਰਜ਼ਾਈ ਹੈ, ਮੇਰਾ ਵਾਲ ਵਾਲ ਪੰਜਾਬੀਆਂ ਦਾ ਕਰਜ਼ਾਈ ਹੈ, ਜਿਹੜਾ ਤੁਸੀਂ ਮੈਸੇਜ ਕਿਹਾ ਜੀ ਉਹ ਮੇਰਾ ਗਰੀਬ ਦਾ ਮੰਨਣਾ ਕਿੰਨੇ ਆ, ਉਹ ਤੇ ਗੁਰੂਆਂ ਪੀਰਾਂ ਨੇ ਕਿਹਾ, ਸੰਤਾਂ ਮਹਾਤਮਾ ਨੇ ਕਿਹਾ, ਤੇ ਮੈਂ ਇੰਨਾ ਕਹੂੰਗਾ ਜੀ ਸਮੁੱਚੀ ਮਾਨਵਤਾ ਨੂੰ, ਮੇਰੀ ਗਰੀਬ ਦੀ ਬੇਨਤੀ ਹੈ, ਜੇ ਕਿਤੇ ਧਰਮਾਂ ਮਜ਼ਹਬਾਂ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਤੋਂ ਉੱਪਰ ਉੱਠ ਕੇ ਬੰਦਾ ਬੰਦੇ ਨਾਲ ਪਿਆਰ ਕਰਨ ਲੱਗ ਪਏ, ਹੱਦਾਂ ਮੁੱਕ ਜਾਣ, ਸਰਹੱਦਾਂ ਮੁੱਕ ਜਾਣ, ਕੰਧਾਂ ਢਹਿ ਜਾਣ ਵਿਹੜਿਆਂ ਚੋਂ, ਤੇ ਕੈਸਾ ਨਜ਼ਾਰਾ। ਬਿਲਕੁਲ ਜੀ, ਧੰਨਵਾਦ।
ਸਾਗਰ ਦੀ ਵੋਟੀ ਹਰ ਇੱਕ ਦੀ ਜ਼ਬਾਨ ਦੇ ਉੱਪਰ, ਹਰ ਇੱਕ ਦੇ ਫੋਨ ਦੇ ਵਿੱਚ ਇਹ ਰੀਲਾਂ ਬਣਦੀਆਂ ਨਜ਼ਰ ਆ ਰਹੀਆਂ। ਅਤੇ ਸਾਗਰ ਜੀ ਦਾ ਬਹੁਤ ਵਧੀਆ ਮੈਸੇਜ ਆ ਕਿ ਜਾਤ ਪਾਤ ਤੋਂ ਉੱਠ ਕੇ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਅਤੇ ਸਮਾਜ ਵਾਸਤੇ ਕੰਮ ਕਰਨੇ ਚਾਹੀਦੇ ਨੇ। ਅਤੇ ਗਾਂ ਵੀ ਇਹਨਾਂ ਦੇ ਧਾਰਮਿਕ ਗਾਣੇ ਵੀ ਆ ਰਹੇ ਨੇ, ਭੇਟਾਂ ਵੀ ਆ ਰਹੀਆਂ ਨੇ ਅਤੇ ਹੋਰ ਵੀ ਗਾਣੇ ਕਰ ਰਹੇ ਨੇ, ਪਰ ਉਹ ਇਹੀ ਅਪੀਲ ਕਰਦੇ ਨੇ ਕਿ ਇੱਦਾਂ ਮੈਨੂੰ ਪਿਆਰ ਇਹ ਦਿੰਦੇ ਰਹੋ। ਦੇਸ਼ ਵਿਦੇਸ਼ ਦੇ ਵਿੱਚ ਬੈਠੇ ਜਿਹੜੇ ਸਰੋਤੇ ਨੇ ਇਹਨਾਂ ਦੇ, ਕਿਉਂਕਿ ਪਹਿਲਾਂ ਸ਼ੋਅ ਇਹਨਾਂ ਨੇ ਇੰਗਲੈਂਡ ਦੇ ਵਿੱਚ ਲਾਇਆ ਸੀ, ਉਸ ਤੋਂ ਬਾਅਦ ਸ਼ੋਅ ਲਾ ਕੇ ਭੁੱਲ ਗਏ ਸਨ, ਪਰ ਜਿਹੜੀ ਰੀਲ ਆ ਸਾਗਰ ਦੀ ਵੋਟੀ ਉਹ ਅੱਜ ਵੀ ਸੋਸ਼ਲ ਮੀਡੀਆ ਦੇ ਉੱਪਰ ਤੜਕੇ ਦੇ ਨਾਲ ਚੱਲਦੀ ਨਜ਼ਰ ਆ ਰਹੀ ਆ। ਮਨਜਿੰਦਰ ਸਿੰਘ ਦੀ ਖਾਸ ਰਿਪੋਰਟ, ਪ੍ਰੋ ਪੰਜਾਬ।